ਵੱਧਦਾ ਜਾ ਰਿਹਾ ਦਿਨੋ ਦਿਨ ਸੱਪਾਂ ਦਾ ਕਹਿਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਆ ਗਲਤੀ? ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇੱਕ ਵਾਰ ਪੂਰੀ ਜ਼ਰੂਰ ਦੇਖ ਲਿਓ। ਅਕਸਰ ਹੀ ਗਰਮੀਆਂ ਵਿੱਚ ਸੱਪ ਗਰਮ ਥਾਵਾਂ ਤੋਂ ਠੰਡੀਆਂ ਥਾਵਾਂ ਵੱਲ ਜਾਂਦੇ ਨੇ, ਅਤੇ ਇਹ ਜਾਨਵਰ ਇਹੋ ਜਿਹਾ ਹੈ ਕਿ ਕਿਤੇ ਵੀ ਬੜੀ ਆਸਾਨੀ ਨਾਲ ਲੁਕ ਜਾਂਦਾ ਹੈ। ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਸੱਪ ਬੂਟਾਂ ਵਿੱਚ ਲੁਕਿਆ ਬੈਠਾ ਹੈ। ਅਕਸਰ ਹੀ ਜ਼ਿਆਦਾਤਰ ਘਰਾਂ ਵਿੱਚ ਬਿਨਾਂ ਦੇਖੇ ਜਾਂ ਝਾੜੇ ਹੀ ਬੂਟ ਪਾ ਲਏ ਜਾਂਦੇ ਨੇ, ਜਿਸ ਨਾਲ ਕਿ ਇੱਕ ਬਹੁਤ ਵੱਡੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਖਾਸਕਰ ਸਕੂਲ ਜਾਣ ਵਾਲੇ ਬੱਚੇ ਜਾਂ ਕੰਮ ਕਰਨ ਵਾਲੇ ਲੋਕ ਜੋ ਕਿ ਬੰਨੇ ਟਾਈਮ ਤੇ ਘਰੋਂ ਜਾਂਦੇ ਨੇ, ਅਕਸਰ ਹੀ ਉਹ ਕਾਲੀ ਕਾਲੀ ਵਿੱਚ ਬੂਟ ਪਾ ਕੇ ਤਿਆਰ ਹੁੰਦੇ ਨੇ। ਸੋ ਜੇਕਰ ਤੁਹਾਡੇ ਘਰ ਵਿੱਚ ਵੀ ਹੁੰਦੀ ਹੈ ਇਹ ਗਲਤੀ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ, ਕਿਉਂਕਿ ਸੱਪ ਇੱਕ ਅਜਿਹਾ ਜਾਨਵਰ ਹੈ ਜੋ ਕਿ ਠੰਡੀਆਂ ਅਤੇ ਹਨੇਰੀਆਂ ਥਾਵਾਂ ਤੇ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਸੋ ਜਦੋਂ ਵੀ ਤੁਸੀਂ ਬੂਟ ਜਾਂ ਜੁੱਤੀ ਪਾਓ ਤਾਂ ਉਸਨੂੰ ਚੰਗੀ ਤਰ੍ਹਾਂ ਝਾੜ ਕੇ ਪਾਇਆ ਕਰੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚ ਦੀ ਜ਼ਰੂਰ ਕਰੋ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।